ਤੂੰ ਹੌਸਲਾ ਰੱਖ, ਆਉਣੀ ਆ ਮੈਂ ਤੇਰੇ ਕੋਲ ਸ਼ਾਮ ਨੂੰ। ਕੀ ਹੋ ਗਿਆ, ਕਿਹਨੂੰ ਹੌਸਲਾ ਦੇਈ ਜਾਂਦੀ ਆ? ਮੇਰੀ ਸਹੇਲੀ ਦੇ ਬੁਆਏਫ੍ਰੈਂਡ ਨੇ ਉਹਨੂੰ ਚੀਟ ਕਰਤਾ, ਵਿਚਾਰੀ ਰੋਈ ਜਾਂਦੀ ਹੈ। ਅੱਛਾ, ਚੱਲ ਕੋਈ ਨਾ, ਹੋਰ ਦੱਸ। ਉਹਨੇ ਤਾਂ ਰੋ ਕੇ ਸਾਰਤਾ, ਜੇ ਮੈਨੂੰ ਪਤਾ ਲੱਗ ਗਿਆ ਵੀ ਤੂੰ ਮੈਨੂੰ ਚੀਟ ਕਰਦਾ, ਖੂਨ ਪੀ ਜੂੰ ਤੇਰਾ ਮੈਂ। ਉਹ ਨਹੀਂ ਨਹੀਂ ਮੇਰੇ ਤਾਂ ਅਸੂਲ ਹੀ ਬਹੁਤ ਪੱਕੇ ਆ। ਅਸੂਲਾਂ ਸਾਲਾਂ ਦਾ ਮਾਰ ਗੋਲੀ, ਜੇ ਮੈਨੂੰ ਪਤਾ ਲੱਗ ਗਿਆ ਨਾ ਵੀ ਤੂੰ ਮੈਨੂੰ ਚੀਟ ਕਰਦਾ, ਤੇਰੀ ਖੈਰ ਨਹੀਂ ਫਿਰ। ਯਾਰ ਨਹੀਂ ਪਤਾ ਲੱਗਣ ਦਿੰਦਾ, ਅੱਜ ਤੱਕ ਪਤਾ ਲੱਗਣ ਦਿੱਤਾ। ਭਾਜੀ ਗੱਲ ਏਦਾਂ ਸੀ ਬਈ, ਚੱਲ ਤੂੰ ਬਸ। ਭਾਜੀ ਅਸੀਂ ਐਂ ਕਹਿੰਦੇ ਸੀ, ਆਲੂ ਲੈ, ਗੋਭੀ ਲੈ, ਪਿਆਜ਼ ਲੈ, ਟਮਾਟਰ ਲੈ, ਹਰਾ ਧਨੀਆ ਲੈ। ਕੀ ਆ ਭਾਜੀ ਇੱਥੇ ਕੋਠੀਆਂ 'ਚ ਬੈਠਣ ਦਾ? ਆ ਬਿੰਦੇ ਝੱਟਿਆ ਜਾਂਦਾ ਹੋਕਾ ਦੇਣ ਵਾਲਾ, ਨਾ ਕੋਈ ਗੱਲ ਸੁਣੇ ਨਾ ਬਾਤ। ਹੈ ਤਾਂ ਔਖਾ ਪਰ ਕਰ ਵੀ ਕੀ ਸਕਦੇ, ਨਾ ਕਰਕੇ ਉਹ ਨਹੀਂ ਸਕਦੇ। ਆਪਦੀ ਫੌਜ ਵਾਲੀ ਬੰਦੂਕ ਲੈ ਕੇ ਨਾ ਕੱਲ੍ਹ ਨੂੰ ਬਾਹਰ ਬਹਿ ਜਾਓ, ਜਦੋਂ ਇਹ ਸਾਲੇ ਆਉਣ ਨਾ ਸਬਜ਼ੀ ਵਾਲੇ, ਗੋਲੀ ਮਾਰਿਓ ਸਿੱਧੀ। ਨਾ ਯਾਰ, ਜਿਹਨਾਂ ਨੂੰ ਗੋਲੀ ਮਾਰਤੀ ਮੈਂ ਸਬਜ਼ੀ ਕਿੱਥੋਂ ਖਾਊਂਗਾ? ਭਾਜੀ ਟੈਨਸ਼ਨ ਨਾ ਲਓ ਤੁਸੀਂ, ਸਬਜ਼ੀ ਤਾਂ ਤੁਹਾਨੂੰ ਬਣੀ ਬਣਾਈ ਮਿਲੂ। ਹੈ ਸਬਜ਼ੀ ਤੂੰ ਬਣਾ ਕੇ ਦੇਂਗੀ? ਇਹ ਨਹੀਂ ਬਣਾਊ, ਲਾਂਗਰੀ ਬਣਾਊ। ਕਿਹੜਾ ਲਾਂਗਰੀ? ਜੇਲ੍ਹ ਵਾਲਾ, ਕਿਉਂਕਿ ਸਬਜ਼ੀ ਵਾਲੇ ਨੂੰ ਮਾਰ ਕੇ ਜੇਲ੍ਹ 'ਚ ਹੀ ਤਾਂ ਜਾਣਾ ਤੁਸੀਂ। ਯਾਰ ਮੇਰੀ ਗਰਲਫ੍ਰੈਂਡ ਮੈਨੂੰ ਪਤਾ ਨਹੀਂ ਕਿਉਂ ਛੱਡ ਗਈ। ਲੈ ਸਾਫ਼ ਜੀ ਤਾਂ ਗੱਲ ਆ, ਉਹ ਪੈਸਿਆਂ ਪਿੱਛੇ ਛੱਡ ਗਈ ਹੋਣੀ ਆ। ਯਾਰ ਐਂ ਕਿਵੇਂ ਹੋ ਸਕਦਾ? ਹੁੰਦਾ ਕਿਵੇਂ ਨਹੀਂ, ਇੱਦਾਂ ਹੀ ਹੁੰਦਾ। ਲੈ ਉਹ ਦੇਖਣਾ ਨਾ ਜੋੜਾ, ਤੈਨੂੰ ਇੱਥੇ ਜੁਲਕਾ ਦਿਖਾਉਣ। ਐਕਸਕਿਊਜ਼ ਮੀ, ਹਾਂਜੀ ਮੇਰੀ ਇੱਕ ਗੱਲ ਸੁਣੋਗੇ? ਹਾਂਜੀ। ਤੁਸੀਂ ਉਹ ਮੁੰਡੇ ਨੂੰ ਬਹੁਤ ਪਿਆਰ ਕਰਦੇ ਹੋ? ਹਾਂਜੀ। ਪੱਕਾ ਨਾ? ਹਾਂਜੀ। ਤੁਸੀਂ ਆਹ ਚੱਕੋ ਪੈਸੇ ਤੇ ਉਹ ਮੁੰਡੇ ਨੂੰ ਵੀਰਾ ਕਹੋ ਤੇ ਬਾਏ ਕਰ ਦਿਓ। ਬਾਏ ਵੀਰੇ। ਦੇਖ ਸਾਲਾ ਕਿਵੇਂ ਮੂੰਹ ਲਟਕਾਈ ਖੜਾ, ਹੁਣ ਆ ਜਾ ਦਿਖਾਵਾਂ। ਹਾਂ ਬਈ, ਕੁੜੀਆਂ ਐਂ ਕਰਦੀਆਂ, ਮੂੰਹ ਲਟਕਾਇਆ ਕਿਉਂ? ਛੱਡ ਗਈ ਨਾ, ਕਹਿ ਗਈ ਨਾ ਵੀਰਾ। ਕਹਿਣਾ ਹੀ ਆ, ਭੈਣ ਆ ਮੇਰੀ। ਹੋ ਬਾਕੀ ਜੋ ਮਰਜ਼ੀ ਹੁੰਦਾ ਹੋ ਜਵੇ ਵੀਰੇ, ਪਰ ਗਾਲ ਕੀ ਕੱਢਣੀ। ਹਾਏ ਯਾਰ, ਰੀਲ ਨਹੀਂ ਮਿਲਦੀ ਪਈ, ਕਿੱਥੋਂ ਪਾਵਾਂ, ਕਿੱਥੋਂ ਚੱਕਾਂ ਮੈਂ ਰੀਲ, ਕੀ ਕਰਾਂ, ਕੁਛ ਸੁੱਝ ਵੀ ਨਹੀਂ ਰਿਹਾ ਹੈਗਾ। ਭੌਂਗੀ ਨਾ ਹੋਵੇ, ਰੀਲ ਨਹੀਂ ਮਿਲਦੀ ਇਹਨੂੰ, ਮੈਂ ਕਰਦੀ ਹਾਂ ਗੱਲ ਨਾ। ਕੀ ਨਹੀਂ ਮਿਲਦਾ ਤੈਨੂੰ? ਪੂਰਾ ਰੀਲ ਨਹੀਂ ਮਿਲਦੀ ਪਈ ਨਾ। ਕੁੜੀਆਂ ਤਾਂ ਘਰ ਦੀਆਂ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ, ਤੈਨੂੰ ਕੁਛ ਪਤਾ ਹੀ ਨਹੀਂ, ਸਾਰਾ ਦਿਨ ਫੋਨ 'ਚ ਬੜੀ ਰਹਿਣੀ। ਅਰੇ ਤੈਨੂੰ ਤਾਂ ਮੈਂ ਦਿਖਾਉਣੀ ਆ, ਫੋਨ ਸਾਰਾ ਦਿਨ, ਫੋਨ 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 ਸਾਰਾ ਦਿਨ, ਫੋਨ 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 ਸਾਰਾ ਦਿਨ ਹੀ ਫੋਨ ਤੇਰਾ ਹੱਥਾਂ 'ਚ, ਤੈਨੂੰ ਮੈਂ ਦਿਖਾਉਣੀ ਆ। ਓਹੋ, ਉਹ ਕੀ ਹੋ ਗਿਆ ਭੈਣੇ, ਅੱਜ ਫੇਰ ਫੈਂਟਤੀ ਮੇਰੀ ਕੁੜੀ? ਫੈਂਟਣੀ ਹੋਈ ਹੈ, ਘਰ ਦੀ ਇਹਨੂੰ ਕੋਈ ਚੀਜ਼ ਨਹੀਂ ਪਤਾ, ਹੁਣ ਇਹਨੂੰ ਰੀਲ ਨਹੀਂ ਲੱਭਦੀ। ਪਾਪਾ ਇੰਸਟਾਗ੍ਰਾਮ ਵਾਲੀ। ਓਹੋ ਭੈਣੇ, ਇਹ ਤਾਂ ਇੰਸਟਾਗ੍ਰਾਮ ਤੇ ਪਾਉਣ ਵਾਲੀ ਰੀਲ ਭਾਲਦੀ ਸੀ, ਸੂਈ ਧਾਗੇ ਵਾਲੀ ਰੀਲ ਨੀ। ਅਜੇ ਖਾਣੇ ਦੀਆਂ ਅਜੇ ਜਿਹੀਆਂ ਰੀਲਾਂ ਵੀ ਆ ਗਈਆਂ। ਆ ਜਾ ਪੁੱਤ, ਤੈਨੂੰ ਰਜਾਈ 'ਚ ਲਿਖ ਦੇਣਾ, ਆ ਜਾ ਮੇਰੇ ਬੱਚਾ। ਹਾਏ ਪ੍ਰਿਆ, ਮੇਰਾ ਹੇਅਰ ਬੈਂਡ ਨਹੀਂ ਮੋੜ ਕੇ ਗਈ, ਇੱਦਾਂ ਕਰਦੀ ਉਹਨੂੰ ਫੋਨ ਕਰਦੀ। ਬਾਹਰ ਕਿਸੇ ਮੁੰਡੇ ਨੂੰ ਫੋਨ ਲਾਉਣ ਗਈ ਹੋ, ਦੇਖਦੀ ਹਾਂ ਮੈਂ। ਹੈਲੋ ਪ੍ਰਿਆ, ਬੈਂਡ ਦੇ ਜੀ, ਮੈਨੂੰ ਵੀ ਜ਼ਰੂਰਤ ਹੁੰਦੀ ਆ। ਓਕੇ। ਨਿੱਕੀ ਤੋਂ ਬੈਂਡ ਮੰਗਦੀ ਸੀ? ਸਹੇਲੀ ਤੋਂ।
ਆਪ ਤਾਂ ਤੂੰ ਪੜ੍ਹਦੀ ਨੀ, ਬੈਂਡ ਸਹੇਲੀਆਂ ਤੋਂ ਬੈਂਡ ਬੈਂਡ ਵੀ ਸਹੇਲੀਆਂ ਤੋਂ ਲਏਂਗੀ ਤੂੰ, ਬੈਂਡ ਵੀ ਸਹੇਲੀਆਂ ਤੋਂ ਲਏਂਗੀ, ਗੱਲ ਸੁਣਨਾ ਕਰੀ ਤੂੰ ਆਪ। ਓਹੋ ਇੱਕ ਮਿੰਟ ਭੈਣੇ, ਅੱਜ ਫੇਰ ਦਹੀਂ ਮੰਗੂ ਫੈਣ ਤੇ ਕੀ ਗੱਲ ਹੋ ਗਈ? ਹਾਏ ਹਾਏ ਵੀਰੇ, ਤੂੰ ਤਾਂ ਲੁੱਟਿਆ ਗਿਆ, ਸਾਰੇ ਪੈਸੇ ਬਰਬਾਦ ਕਰਤੇ ਨੇ ਤੇਰੇ। ਉਹ ਪੈਸੇ ਬਰਬਾਦ ਇਹੋ ਜਿਹਾ ਕੀ ਕਰਤਾ ਇਹਨੇ? ਬੇ ਤੂੰ ਇਹਦੀਆਂ ਫੀਸਾਂ ਆਟਲਸ ਸੈਂਟਰ 'ਚ ਭਰਦਾ ਰਿਹਾ, ਵੀ ਇਹ ਬੈਂਡ ਲੈ ਕੇ ਆਊਗੀ? ਬੇ ਇਹ ਬੈਂਡ ਕੁੜੀਆਂ ਤੋਂ ਮੰਗਦੀ ਹੈ, ਆਪ ਪੜ੍ਹਦੀ ਨਹੀਂ, ਪੜ੍ਹਦੀ ਨਹੀਂ, ਪੜ੍ਹਦੀ ਨਹੀਂ। ਉਹ ਰੁਕ ਜਾ ਭੈਣੇ, ਸਾਹ ਤਾਂ ਲੈ ਲੈ। ਡੈਡੀ ਮੈਂ ਤਾਂ ਫੇਰ ਬੈਂਡ ਮੰਗਿਆ ਸੀ। ਹੈ ਜੈਰੋ ਇਹਦਾ ਅੱਜ ਮੈਨੂੰ ਫੇਰ ਭੁਲੇਖਾ ਲੱਗ ਗਿਆ। ਆਇਆ ਪੁੱਤ ਤੈਨੂੰ ਗਰਮ ਜੀ ਚਾਹ ਪਿਆ ਦਾ। ਉਹ ਭੈਣੇ ਇਸ ਤੋਂ ਪਹਿਲਾਂ ਕਿ ਤੂੰ ਮੇਰੀ ਕੁੜੀ ਨੂੰ ਮਾਰ ਕੇ ਜੇਲ੍ਹ ਜਾਵੇ ਨਾ, ਤੂੰ ਪਿੰਡੇ ਚਲੀ ਜਾ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ, ਬਹਿ ਜਾ। ਸਰਬੀ ਗਰਮ ਦੁੱਧ ਕਰਕੇ ਲਿਆ, ਦੇਖ ਤਾਂ ਕੁੜੀ ਆਈ ਹੈ ਠੰਡ ਵਿੱਚ। ਲੈ ਇਹਨਾਂ ਦੀ ਭੈਣ ਅੱਜ ਫੇਰ ਆ ਗਈ, ਨਿੱਤੀ ਆ ਜਾਂਦੀ ਦੁੱਧ 'ਚ ਪੱਤੀ ਪੀਣ, ਮੈਂ ਵੀ ਅੱਜ ਪਲਾਉਂਦੀ ਨਹੀਂ ਹੈ ਨਹੀਂ ਭਾਅ ਜੀ ਦੁੱਧ। ਉਹ ਥੋੜ੍ਹਾ ਬਹੁਤਾ ਤਾਂ ਹੋਊਗਾ, ਚਾਹ ਬਣਾ ਦੇ ਵਿਚਾਰੀ ਨੂੰ। ਚਾਹ ਨਾ ਕਿਤੇ ਇਹਨੂੰ ਕੁਛ ਹੋਰ ਹੈ ਨਹੀਂ ਭਾਅ ਜੀ, ਚਾਹ ਜੋਗਾ ਵੀ। ਫਿਰ ਗਰਮ ਪਾਣੀ ਪਿਲਾ ਦੇ, ਦੇਖਤਾ ਠੰਡ ਵਿੱਚ ਠਰੀ ਪਈ ਹੈ ਵਿਚਾਰੀ। ਗਰਮ ਪਾਣੀ ਨਾ ਕਿਤੇ ਕੁਛ ਹੋਰ ਭਾਅ ਜੀ, ਸਿਲੰਡਰ ਮੁੱਕਿਆ ਹੋਇਆ, ਮੈਂ ਪਿਲਾਉਂਦੀ ਇਹਨੂੰ ਠੰਡਾ ਪਾਣੀ, ਉਹ ਵੀ ਬਰਫ ਪਾ ਕੇ। ਹੁਣ ਜਦੋਂ ਕਿ ਦਾਂਦੇ ਦੀ ਗਾਹਾਂ ਨੂੰ ਨਹੀਂ ਵੜਦੀ ਇੱਥੇ। ਆਲੋ ਪਾਣੀ। ਦੀਦੀ ਸਤਿ ਸ਼੍ਰੀ ਅਕਾਲ। ਸੁਮਨ ਤੂੰ ਨਾ ਪੀਏ, ਇਹ ਤਾਂ ਠੰਡਾ ਹੈ, ਮੈਂ ਤੈਨੂੰ ਦੁੱਧ 'ਚ ਪੱਤੀ ਬਣਾ ਕੇ ਦਿੰਦੀ ਹਾਂ। ਹਾਂ ਦੁੱਧ ਵਿੱਚ ਪੱਤੀ ਤਾਂ ਪੈਣੀ ਵਾ, ਹੁਣ ਭੈਣ ਜੋ ਤੇਰੀ ਹੈ। ਜਦੋਂ ਮੈਂ ਮੁਹੱਲੇ ਵਿੱਚ ਦੀ ਲੰਘਦਾ, ਸਾਰੇ ਲੋਕ ਕਹਿੰਦੇ ਆ ਆ ਜਾਂਦਾ ਰੀਲਾਂ ਵਾਲੀ ਭਾਬੀ ਦਾ ਘਰ ਵਾਲਾ। ਰੀਲਾਂ ਵਾਲੀ ਭਾਬੀ ਦਾ ਘਰ ਵਾਲੇ ਕਹਿੰਦੇ ਨੇ, ਚੁੰਮੇ ਵਾਲੀ ਦਾ ਤਾਂ ਨਹੀਂ ਕਹਿੰਦੇ, ਜਿਹੜਾ ਤੇਰੀ ਬੇਇੱਜ਼ਤੀ ਹੋ ਗਈ। ਦੇਖੋ ਜੀ, ਆਪਾਂ ਆਪਣੇ ਘਰਦਿਆਂ ਨੂੰ ਤਾਂ ਪਸੰਦ ਆ, ਮੈਂ ਸੋਚਦੀ ਸੀ ਆਪਾਂ ਇੱਕ ਦੂਜੇ ਦੀ ਪਸੰਦ ਵੀ ਜਾਣ ਲਈਏ। ਹਾਂ ਇਹ ਵੀ ਠੀਕ ਹੈ, ਤੁਸੀਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਦਾ ਮੁੰਡਾ ਚਾਹੀਦਾ ਸੀ? ਨਹੀਂ ਨਹੀਂ, ਪਹਿਲਾਂ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਦੀ ਕੁੜੀ ਚਾਹੀਦੀ ਹੈ। ਬਸ ਜੀ ਕੁੜੀ ਕਰੈਕਟਰ ਪੱਖੋਂ ਠੀਕ ਹੋਵੇ, ਲੜਾਈ ਚੜਾਈ ਨਾ ਕਰਦੀ ਹੋਵੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਹੁਣ ਤੁਸੀਂ ਤਾਂ ਦੱਸੋ ਤੁਹਾਨੂੰ ਕਿਸ ਤਰ੍ਹਾਂ ਦਾ ਮੁੰਡਾ ਚਾਹੀਦਾ? ਦੇਖੋ ਜੀ, ਮੈਨੂੰ ਮੁੰਡਾ ਤੁਹਾਡੇ ਵਰਗਾ ਸੋਹਣਾ ਅਤੇ ਅਮੀਰ ਚਾਹੀਦਾ। ਮੈਂ ਘਰੇ ਜਾ ਕੇ ਆਇਆ। ਕਿਉਂ ਘਰੇ ਕਿਉਂ ਜਾਣਾ ਤੁਸੀਂ? ਉਹ ਨਾ ਜੀ ਮੀਂਹ ਆਉਣ ਵਾਲਾ, ਅਤੇ ਮੈਂ ਨਾ ਆਪਣਾ ਹੈਲੀਕਾਪਟਰ ਅੰਦਰ ਕਰਕੇ ਆਇਆ। ਹੈਲੀਕਾਪਟਰ ਅੰਦਰ? ਯਾਰ ਸੋਮਣ ਬੋਰ ਜੇ ਹੋਈ ਜਾਂਦੇ ਆ, ਕਿਹੜੀ ਫਿਲਮ ਦੇਖੀਏ? ਯਾਰ ਮੈਂ ਤਾਂ ਉਹ ਵਾਲੀ ਦੇਖਣੀ ਜਿਹਦੇ 'ਚ ਕਾਮੇਡੀ ਵੀ ਹੋਵੇ। ਉਹ ਕੁੜੀਓ ਛਤਰੀ ਦੇਖ ਲਓ। ਛਤਰੀ ਤਾਂ ਸੋਹਣੀ ਆ ਭਾਅ ਜੀ ਤੁਹਾਡੀ, ਪਰ ਸਾਨੂੰ ਆਪਦੀ ਗੱਲ ਕਰ ਲੈਣ ਦਿਓ। ਯਾਰ ਆਪਾਂ ਕੋਈ ਮੋਟੀਵੇਸ਼ਨਲ ਫਿਲਮ ਦੇਖੀਏ। ਲੈ ਉਹ ਤੁਸੀਂ ਛਤਰੀ ਤਾਂ ਦੇਖ ਲਓ। ਭਾਅ ਜੀ ਛਤਰੀ ਤਾਂ ਤੁਹਾਡੀ ਦੇਖ ਲਈ ਆ, ਬਹੁਤ ਸੋਹਣੀ ਆ। ਭਾਅ ਜੀ ਅਸੀਂ ਤਾਂ ਇਹੋ ਜਿਹੀ ਫਿਲਮ ਦੇਖਣਾ ਚਾਹੁੰਦੇ ਹਾਂ ਜਿਹੜੀ ਰੋਮਾਂਟਿਕ ਵੀ ਹੋਵੇ ਅਤੇ ਕਾਮੇਡੀ ਵੀ ਹੋਵੇ ਅਤੇ ਨਾਲ ਨਾਲ ਮੋਟੀਵੇਸ਼ਨਲ ਵੀ ਹੋਵੇ। ਬਸ ਫਿਰ ਤਾਂ ਹੀ ਤਾਂ ਮੈਂ ਕਹੀ ਜਾਂਦਾ ਛਤਰੀ ਦੇਖ ਲਓ। ਕੀ ਭਾਅ ਜੀ ਤੁਸੀਂ ਛਤਰੀ ਛਤਰੀ ਲਾਈ ਆ, ਅਸੀਂ ਫਿਲਮ ਦੀ ਗੱਲ ਕਰਦੇ ਹਾਂ। ਉਹ ਭਾਅ ਜੀ ਇਹ ਵਾਲੀ ਛਤਰੀ ਦੀ ਗੱਲ ਨਹੀਂ ਕਰਦੇ, ਉਹ ਛਤਰੀ ਦੀ ਗੱਲ ਕਰਦੇ ਆ ਜਿਹੜੀ ਚਪਾਲ ਤੇ ਧੂਮਾ ਪਾ ਰਹੀ ਆ, ਨਾਲੇ ਜਿਹੜਾ ਕੁਛ ਤੁਸੀਂ ਮੰਗਦੀ ਆ ਨਾ ਫਿਲਮ 'ਚ ਉਹ ਸਾਰਾ ਕੁਛ ਹੀ ਆ ਉਹਦੇ ਵਿੱਚ, ਤੁਹਾਨੂੰ ਪੂਰਾ ਐਂਟਰਟੇਨ ਕਰੂਗੀ, ਇਹ ਸਾਡਾ ਪ੍ਰੋਮਿਸ। ਤੇ ਜਾ ਕੇ ਦੇਖੋ ਫਿਰ ਚਪਾਲ ਤੇ ਛਤਰੀ। ਚੱਲ ਛੇਤੀ ਖੋਲ ਚਪਾਲ,
ਦੇਖੀਏ ਫਿਰ ਛਤਰੀ।